ਸੀਕ੍ਰੇਟ ਆਪਰੇਸ਼ਨ ਸਪੈਸ਼ਲ ਸੈੱਲ ਵੱਲੋਂ ਕੀਤੀ ਗਈ ਕਾਰਵਾਈ। ਅੰਤਰਰਾਸ਼ਟਰੀ ਡਰੱਗ ਨੈਟਵਰਕ ਦਾ ਕੀਤਾ ਗਿਆ ਪਰਦਾਫਾਸ਼। ਜੀ ਹਾਂ, 1 ਕਰੋੜ ਦੀ ਮਨੀ ਸਮੇਤ 2 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ। ਇਨ੍ਹਾਂ ਨਸ਼ਾ ਤਸਕਰਾਂ ਦਾ 1 ਲਿੰਕ ਵਿਦੇਸ਼ ਵਿੱਚ ਬੈਠੇ ਗੁਰਚਰਨ ਸਿੰਘ ਭੋਲੂ ਅਤੇ ਇੰਦਰਵੀਰ ਸਿੰਘ ਨਾਲ ਦੱਸੇ ਜਾ ਰਹੇ ਨੇ। ਇਸ ਗੱਲ ਦੀ ਪੁਸ਼ਟੀ DGP ਗੌਰਵ ਯਾਦਵ ਨੇ ਟਵੀਟ ਕਰਕੇ ਕੀਤੀ। ਵੱਖ ਵੱਖ ਧਾਰਾਵਾਂ ਲਗਾ ਕੇ ਆਰੋਪੀਆਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਅੱਜ ਉਨ੍ਹਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਜੱਜ ਵੱਲੋਂ ਉਨ੍ਹਾਂ ਨੂੰ 3 ਦਿਨ ਦੀ ਰਿਮਾਂਡ ਤੇ ਭੇਜ ਦਿੱਤਾ ਗਿਆ। ਦੋਸ਼ੀ ਦਿਲਬਾਗ ਸਿੰਘ ਅਤੇ ਕਮਲਦੀਪ ਨੂੰ ਨਾ ਮੁਸਕਾਨ ਇਨਕਲੇਵ ਫਤਿਹਗੜ੍ਹ ਚੂੜੀਆਂ ਰੋਡ ਤੋਂ ਗ੍ਰਿਫਤਾਰ ਕਰਕੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ 1.7 ਕਰੋੜ ਰੁਪਇਆ ਬਰਾਮਦ ਕੀਤਾ। ਉੱਤੇ ਮੁਕਦਮਾ ਨੰਬਰ 45 ਥਾਣਾ SSOC ਵਿਖੇ ਦਰਜ ਕਰਕੇ ਅਤੇ ਅੱਜ ਇਹਨਾਂ ਨੂੰ ਪੇਸ਼ ਅਦਾਲਤ ਕਰਕੇ ਅਤੇ 3 ਦਿਨ ਦਾ ਰਿਮਾਂਡ ਲਿਆ ਪਾਏ। ਅਗਲੀ ਪੁੱਛਗਿੱਛ ਜੋ ਵੀ ਜਿੱਥੋਂ ਇਹ ਡਰੱਗ ਮਨੀ ਆ ਜਿੱਥੋਂ ਵੀ ਇਹ ਲੈਂਦੇ ਰਹੇ ਆ ਜਿਹੜੀਆਂ ਅਗਲੀਆਂ ਪਾਰਟੀਆਂ ਦਿੰਦੇ ਰਹੇ ਉਹ ਆਪਾਂ ਪਤਾ ਕਰਾਂਗੇ ਇਹਨਾਂ ਕੋਲ। ਹਾਂਜੀ, ਵਿਦੇਸ਼ ਦੇ ਵਿੱਚ ਇੱਕ ਕਿੰਦਰਵੀਰ ਸਿੰਘ ਅਤੇ ਗੁਰਜੰਟ ਸਿੰਘ ਅਮੈਰੀਕਾ ਬੈਠੇ ਨੇ, ਉਹਨਾਂ ਦੇ ਵੀ ਆਪਾਂ ਉਹਨਾਂ ਸੰਬੰਧੀ ਪੁੱਛਗਿੱਛ ਕਰਾਂਗੇ। ਉਹ ਇਹਨਾਂ ਨੂੰ ਅੱਗੇ ਦਿੰਦੇ ਸੀ ਟਾਰਗੇਟ ਵੀ ਉਹ ਆਹ ਡਰੱਗ ਦੇ ਪੈਸੇ ਇੱਥੋਂ ਲੈਣੇ ਆ, ਤੁਸੀਂ ਅਗਲੀ ਪਾਰਟੀ ਨੂੰ ਦੇਣੇ ਆ। ਉਹਨਾਂ ਦੇ ਕਹਿਣ 'ਤੇ ਕੰਮ ਕਰਦੇ ਸੀ ਆਪਾਂ, ਉਹ ਇਸੇ ਕਰਕੇ ਰਿਮਾਂਡ ਲਿਆ। ਹੁਣ ਅਗਲੀ ਜੋ ਵੀ ਗੱਲ ਸਾਹਮਣੇ ਆਏਗੀ ਤੁਹਾਨੂੰ ਅੱਗੇ ਦੱਸ। ਹੁਣ 3 ਦਿਨ ਦਾ ਰਿਮਾਂਡ ਮਿਲਿਆ ਜੀ, ਮਾਨਯੋਗ ਅਦਾਲਤ 'ਚ ਪੇਸ਼ ਕੀਤੇ ਸੀ, ਅਤੇ ਹੁਣ ਅਗਲੀ ਪੁੱਛਗਿੱਛ ਦੇ ਵਿੱਚ ਜੋ ਵੀ ਅਗਲੀ ਗੱਲ ਸਾਹਮਣੇ ਆਏਗੀ ਤੁਹਾਨੂੰ ਦੱਸਿਆ ਜਾਏਗਾ।